ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ, ਕਿੱਦਾਂ ਸਾਰੇ? ਠੀਕ ਠਾਕ? ਵਧੀਆ ਉਧਰ ਖੋ। ਵਧੀਆ ਮੈਂ ਨਹੀਂ। ਤੇ ਅੱਜ ਕੀ ਆ ਸ਼ਿਫਟ ਲਾ ਕੇ ਆਏ ਆ ਤੇ ਪੋਸਟ ਪਾਈ ਇੰਸਟਾਗ੍ਰਾਮ ਤੇ ਕਿ ਜਿਹਨੇ ਵੀ ਮਨ 'ਚ ਸਵਾਲ ਆ ਕੋਈ ਪੁੱਛ ਸਕਦਾ, ਕਿਉਂਕਿ ਉੱਦਾਂ ਕਮੈਂਟ 'ਚ ਇਕੱਲੇ ਇਕੱਲੇ ਨੇ ਜਵਾਬ ਦੇਣਾ ਔਖਾ ਵਾ। ਏਦਾਂ ਹੁਣ ਸਾਰਿਆਂ ਵਾਸਤੇ ਵਲੌਗ ਬਣਾ ਦਿੰਦੇ ਹਾਂ। ਤੇ ਵਲੌਗ ਬਣਾਉਣ ਦਾ ਸਾਡਾ ਮੇਨ ਮੋਟਿਵ ਇਹ ਆ ਕਿ ਸਾਨੂੰ ਬਹੁਤ ਜ਼ਿਆਦਾ ਕੁਐਸਚਨ ਆਏ ਸੀ, ਤੁਸੀਂ ਫਾਈਲ ਕਿੱਦਾਂ ਲਾਈ ਆ, ਕਿੱਥੋਂ ਲਾਈ ਆ, ਤੁਹਾਡਾ ਕਿਹਦਾ ਸਟੱਡੀ ਵੀਜ਼ਾ ਆ, ਕਿਹਦਾ ਸਪਾਊਸ ਵੀਜ਼ਾ ਆ। ਸਾਰਿਆਂ ਦੇ ਜਵਾਬ ਆਪਾਂ ਨੂੰ ਮੈਸੇਜ ਆਏ ਆ ਕਿ ਕੁਐਸਚਨ ਆਏ ਆ, ਸਾਰਿਆਂ ਜਵਾਬ ਦਿੰਦੇ ਹਾਂ ਹੌਲੀ ਹੌਲੀ ਕਰਕੇ। ਤੇ ਪਹਿਲਾ ਕੁਐਸਚਨ ਆਇਆ ਜੀ ਮੇਰੇ ਜੀਜਾ ਜੀ ਦਾ, ਪ੍ਰੀਤ ਸੰਧੂ, ਤੂੰ ਬੰਦਾ ਕਦੋਂ ਬਣਨਾ? ਦੱਸੋ ਬੰਦਾ ਕਦੋਂ ਬਣਨਾ? ਭੁੱਲ ਜਾ, ਟਾਈਮ ਕਦੇ ਨਹੀਂ ਆਉਣਾ, ਇਹਨੇ ਬੰਦਾ ਕਦੀ ਨਹੀਂ ਬਣਨਾ। ਮੈਂ ਉਧਰ ਮਜ਼ਾਕ ਨਾਲ ਕਹਿੰਦੇ ਪਿਆ। ਤੇ ਦੂਜਾ ਕੁਐਸਚਨ ਆਇਆ ਜੀ ਆਪਣਾ ਸੰਦੀਪ ਤੂਰ ਦਾ। ਸੰਦੀਪ ਤੂਰ ਨੂੰ ਤੁਸੀਂ ਸਾਰੇ ਜਾਣਦੇ ਹੋ, ਜਿਹੜਾ ਨੂਰ ਨਾਲ ਵੀਡੀਓ ਬਣਾਉਂਦਾ ਸੀ। ਤੇ ਉਹਨਾਂ ਦਾ ਮੈਸੇਜ ਆਇਆ ਕਿ ਮੈਨੂੰ ਵੀ ਲੈ ਜਾਓ ਬ੍ਰੋ। ਕੋਈ ਨੀ ਬ੍ਰੋ, ਲੈ ਜਾਂਗੇ ਜਦੋਂ ਪੀਆਰ ਹੋ ਗਏ। ਇੱਥੇ ਆ ਕੇ ਕਹਿਣਾ ਮੈਂ ਕਿਉਂ ਆਇਆ, ਇੱਥੇ ਤੁਹਾਡਾ ਵਧੀਆ ਚੱਲੀ ਜਾਂਦਾ, ਚਲਾਓ ਤੁਸੀਂ, ਹੱਸੋ ਖੇਡੋ, ਇੱਥੇ ਨਾ ਆਇਓ। ਤੇ ਆਪਣਾ ਤੀਜਾ ਕੁਐਸਚਨ ਆਇਆ ਜੀ ਨਾਵ ਹੈਪੀ ਭੁੱਲਰ ਦਾ। ਉਹਨਾਂ ਕਪਲ ਨੂੰ ਤੁਸੀਂ ਸਾਰੇ ਜਣੇ ਜਾਣਦੇ ਹੋ। ਤੇ ਉਹਨਾਂ ਦਾ ਮੈਸੇਜ ਆਇਆ ਵੀ ਹੋਰ ਕਿੱਦਾਂ ਲੱਗਾ ਬਾਹਰ ਭਰਾ, ਦੱਸੋ ਕਿੱਦਾਂ ਚੁੱਪ ਹੋ ਗਿਆ। ਪੰਜਵਾਂ ਤੇ ਬਹੁਤ ਹੀ ਖਾਸ ਕੁਐਸਚਨ ਆ ਜੀ, ਉਹ ਜਿੰਨੇ ਕੈਮਰਾਮੈਨ ਸਾਡੇ ਉਹਦਾ ਕੁਐਸਚਨ ਆ, ਉਹਦੇ ਦੋ ਕੁਐਸਚਨ ਆ। ਪਹਿਲਾ ਕੁਐਸਚਨ ਹੈਗਾ ਜੀ ਤੁਹਾਨੂੰ ਮੇਰੇ ਕੋਲ ਆ ਕੇ ਕਿਵੇਂ ਦਾ ਲੱਗਿਆ? ਸਾਨੂੰ ਨਮਕ ਹੈ ਹਮਾਰੇ ਟੂਥਪੇਸਟ ਮੇ? ਚਾਰਕੋਲ ਹੈ, ਚਾਰਕੋਲ ਵਾਲਾ ਟੂਥਪੇਸਟ ਹੈ, ਨਮਕ ਨਹੀਂ ਹੈ ਹਮਾਰੇ ਪੇ। ਤੇ ਨੈਕਸਟ ਕੁਐਸਚਨ ਹੈਗਾ ਜੀ ਰਾਧਿਕਾ, ਰਾਧਿਕਾ ਦਾ ਦੋਰੀ ਰਾਧਿਕਾ ਨਾਂ ਦਾ। ਤੇ ਆਹ ਪ੍ਰੀਤੀ ਐਂਡ ਵਿੱਕੀ ਦਾ ਬੇਬੀ ਵਲੌਗ ਕਿਉਂ ਨਹੀਂ ਪਾਇਆ? ਇਹ ਕੁਐਸਚਨ ਬਹੁਤ ਰਿਪੀਟ ਹੋਇਆ, ਮੈਸੇਜ ਵੀ ਆਇਆ ਸਾਨੂੰ, ਜਿੰਨਾ ਕੋਲ ਵਟਸਐਪ ਨੰਬਰ ਹੈਗੇ ਉਹਨਾਂ ਦੇ ਵੀ ਆਇਆ, ਯੂਟਿਊਬ 'ਤੇ ਹੋਇਆ, ਫੇਸਬੁੱਕ, ਇੰਸਟਾਗ੍ਰਾਮ, ਸਮਗ ਐਵਰੀਵੇਅਰ ਆਇਆ ਉਹ। ਤੇ ਇਹ ਕੁਐਸਚਨ ਦਾ ਜਵਾਬ ਤੁਹਾਨੂੰ ਦੱਸ ਦਿੰਦੇ ਹਾਂ ਵੀ ਉਹਨਾਂ ਦੇ ਬੇਬੀ ਮੇਰੇ ਹਿਸਾਬ ਨਾਲ 4 ਤਰੀਕ ਨੂੰ ਆਉਣੀ, ਉਹਨਾਂ ਦਾ ਬੇਬੀ ਹੀ ਉਦੋਂ ਸ਼ਾਇਦ, ਉਸ ਤੋਂ 2 ਦਿਨ ਬਾਅਦ ਸਾਡੀ ਫਲਾਈਟ ਸੀ। ਠੀਕ ਹੈ, ਹਾਂ 1 ਦਿਨ ਬਾਅਦ ਫਲਾਈਟ ਸੀ। ਤੇ ਮੈਨੂੰ ਪਤਾ ਲੱਗਾ, ਮੈਂ ਉਹਨੂੰ ਸਭ ਤੋਂ ਪਹਿਲਾਂ ਵਧਾਈ ਦਿੱਤੀ, ਆ ਸਕਰੀਨਸ਼ਾਟ ਤੁਸੀਂ ਵੇਖ ਲਓ, ਵਿੱਕੀ ਦਾ ਨੰਬਰ ਆ ਸਾਹਮਣੇ ਸ਼ੋਅ ਹੁੰਦਾ ਪਿਆ, ਮੈਂ ਉਹਨੂੰ ਵਧਾਈ ਦਿੱਤੀ ਬੇਬੀ ਦੀ। ਤੇ ਏਦਾਂ ਦਾ ਕੁਛ ਵੀ ਨਹੀਂ, ਸਾਡੇ ਜਿਹਾ ਬੋਲ ਚਾਲ ਨਹੀਂ ਹੈਗਾ, ਅਸੀਂ ਮਿਲਦੇ ਜਲਦੇ ਨਹੀਂ, ਸਭ ਕੁਛ ਕਰਦੇ ਹਾਂ, ਕੁਛ ਚੀਜ਼ਾਂ ਕੈਮਰੇ ਤੋਂ ਪਿੱਛੇ ਵੀ ਹੁੰਦੀਆਂ ਜਿਹੜੇ ਆਪਾਂ ਨਹੀਂ ਸ਼ੋਅ ਕਰ ਸਕਦੇ। ਹੁਣ ਸਕਰੀਨਸ਼ਾਟ ਆ, ਹਨਾ, ਮੈਂ ਵਧਾਈ ਦਿੱਤੀ, ਕਿਸੇ ਨੂੰ ਨੀ ਪਤਾ ਇਸ ਚੀਜ਼ ਦਾ। ਠੀਕ ਆ, ਉਹ ਤੁਸੀਂ ਬਾਰ ਬਾਰ ਕੁਐਸਚਨ ਪੁੱਛਦੇ ਪਏ ਤੇ ਮੈਂ ਤਾਂ ਕਰਕੇ ਮੈਨੂੰ ਸ਼ੋਅ ਕਰਨਾ ਪਿਆ। ਜਿਹੜਾ ਆਪਾਂ ਵੇਖਣ ਨਹੀਂ ਗਏ ਉਹਦਾ ਰੀਜ਼ਨ ਇਹ ਕਿ ਅਸੀਂ ਸਾਡੇ ਫਲਾਈਟ ਬਿਜ਼ੀ ਸੀ, ਆਪਾਂ ਆਉਣਾ ਸੀਗਾ, ਉਹਦੇ ਕਰਕੇ ਆਪਾਂ ਕੋਈ ਵੇਖਣ ਨਹੀਂ ਜਾਇਆ ਗਿਆ। ਤੇ ਫੋਨ ਤੇ ਵਧਾਈ ਦਿੱਤੀ ਆਪਾਂ, ਤੇ ਆਪਾਂ ਮੈਸੇਜ ਵੀ ਕੀਤਾ ਵਾ, ਤੇ ਤੁਹਾਡੇ ਸਾਹਮਣੇ ਸਕਰੀਨਸ਼ਾਟ ਹੈਗਾ ਪ੍ਰੂਫ। ਬਾਕੀ ਜਿਹੜਾ ਬਸ ਜੇ ਬਾਕੀ ਵੀ ਇਸ ਤੋਂ ਇਲਾਵਾ ਕਿਸੇ ਨੇ ਨਹੀਂ ਯਕੀਨ ਕਰਨਾ, ਉਹ ਫਿਰ ਤੁਹਾਡੀ ਸਿਰਦਰਦੀ ਹੈ ਯਕੀਨ ਕਰਨਾ ਜਾਂ ਨਹੀਂ ਕਰਨਾ, ਕਿਉਂਕਿ ਮੈਨੂੰ ਕੋਈ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਕਿ ਅਸੀਂ ਉਹਨਾਂ ਨੂੰ ਬੁਲਾਉਂਦੇ ਹਾਂ ਕਿ ਨਹੀਂ ਬੁਲਾਉਂਦੇ। ਤੇ ਇਹ ਕੁਐਸਚਨ ਬਹੁਤ ਜ਼ਿਆਦਾ ਰਿਪੀਟ ਸੀ। ਚਲੋ ਨੈਕਸਟ ਕੁਐਸਚਨ ਵੱਲ ਵੱਧਦੇ ਹਾਂ। ਨੈਕਸਟ ਕੁਐਸਚਨ ਹੈਗਾ ਜੀ ਲਵਪ੍ਰੀਤ 8422 ਕੌਰ, ਵੀਰੇ ਤੁਸੀਂ ਕਿਹੜੇ ਵੀਜ਼ੇ 'ਤੇ ਆਏ ਯੂਕੇ? ਮੇਰਾ ਵੀਜ਼ਾ ਹੈਗਾ ਜੀ ਸਟੂਡੈਂਟ ਵੀਜ਼ਾ, ਅਤੇ ਮਨੀ ਦਾ ਹੈਗਾ ਡਿਪੈਂਡੈਂਟ ਵੀਜ਼ਾ, ਮੈਨੂੰ ਜਿਹਨੂੰ ਆਪਾਂ ਸਪਾਊਸ ਵੀਜ਼ਾ ਕਹਿ ਦਿੰਦੇ ਹਾਂ, ਮੇਰੀ ਸਟੱਡੀ ਆ ਅਤੇ ਮਨੀ ਵਰਕ 'ਤੇ ਆ। ਪਹਿਲਾ ਕੁਐਸਚਨ ਹੈਗਾ ਜੀ ਰਾਜਦੀਪ ਵਾਸੀ ਦਾ, ਕਿੱਥੇ ਗਏ ਹੋ ਤੁਸੀਂ ਯੂਕੇ? ਮੇਰੀ ਭੈਣ ਵੀ ਆ, ਅਸੀਂ ਹੈਗੇ ਜੀ ਯੂਕੇ ਸਕੋਟਲੈਂਡ, ਅਤੇ ਗਲਾਸਗੋ ਸਾਡਾ ਸ਼ਹਿਰ ਆ, ਅਤੇ ਪੂਰਾ ਐਡਰੈਸ ਆਪਾਂ ਨਹੀਂ ਦੱਸ ਸਕਦੇ। ਅਤੇ ਅਗਲਾ ਕੁਐਸਚਨ ਮਨੀ ਤੂੰ ਪੜ੍ਹ। ਢਿੱਲੋ ਕਮਲ 09, ਫੇਵਰੇਟ ਸਿੰਗਰ ਕੌਣ ਆ ਜੀ ਤੁਹਾਡਾ? ਇੱਕੋ ਹੀ ਆ, ਪਹਿਲਾਂ ਬੜੇ ਕਮਲ ਖੈਰਾ, ਆਓ ਇਹ ਸਿੰਗਰ ਵੀ ਇੱਕੋ ਹੀ ਆ, ਤੁਹਾਨੂੰ ਸਾਰਿਆਂ ਨੂੰ ਪਤਾ, ਦੱਸਣ ਦੀ ਲੋੜ ਵੀ ਨਹੀਂ ਆਪਾਂ ਨੂੰ, ਤੁਹਾਨੂੰ ਸਾਰਿਆਂ ਨੂੰ ਪਤਾ ਵਾ। ਸਿੱਧੂ ਕੀ ਆ, ਸਿੱਧੂ ਵਜਿੰਦਰ, ਸਿੱਧੂ ਵਜਿੰਦਰ, ਇਹਨਾਂ ਦਾ ਰਹਿਣ ਲਈ ਗਏ ਹੋ ਵੀਰ ਜੀ ਫੋਰਨ ਜਾਂ ਘੁੰਮਣ ਲਈ? ਦੱਸੋ ਪਲੀਜ਼। ਅਸੀਂ ਰਹਿਣ ਹੀ ਗਏ ਪਰਮਾਨੈਂਟ, ਪਰਮਾਨੈਂਟ ਰੈਜ਼ੀਡੈਂਸ ਲੈਣਾ ਆ ਤੇ ਆਪਾਂ ਇਸ ਕਰਕੇ ਆਏ ਆ। ਹਾਂਜੀ, ਨੈਕਸਟ ਕੁਐਸਚਨ ਹੈਗਾ ਜੀ ਰਿਆਨਦੀਪ 6088, ਕੀ ਕੰਮ ਕਰਦੇ ਤੁਸੀਂ?
ਅਸੀਂ ਲੱਗੇ ਜੀ ਕੈਫੇ ਤੇ, ਮੈਂ ਮਣੀ ਤੇ ਕਮਲ ਤਿੰਨੇ ਜਾਣੇ, ਤੇ ਸਾਨੂੰ ਲਵਾਇਆ ਕਮਲ ਨੇ, ਕਮਲ ਦੀ ਰੈਫਰੈਂਸ ਤੇ ਲੱਗੇ ਅਸੀਂ ਤੇ ਤਿੰਨੇ ਆਪਾਂ ਇੱਕੋ ਇੱਕੋ ਜਿੱਥੇ ਕੰਮ ਕਰਦੀ ਉੱਥੇ ਆਪਾਂ ਕਰਦੇ ਹਾਂ, ਤਿੰਨੇ ਜਾਂਦੇ ਹਾਂ ਤੇ ਸਾਡੀ ਟਾਈਮਿੰਗ ਸ਼ਿਫਟ ਦੀ ਹੈਗੀ ਆ ਦੁਪਹਿਰੇ 2 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ, ਤੇ ਇਸ ਟਾਈਮ ਆਪਣੇ ਕਿੰਨਾ ਟਾਈਮ ਹੋ ਗਿਆ 11:30 ਹੋ ਗਿਆ, ਆਪਾਂ ਉੱਥੋਂ ਕੰਮ ਤੋਂ ਹੀ ਆਏ ਹਾਂ। ਤੇ ਨੈਕਸਟ ਹੈਗਾ ਜੀ ਕੁਲਦੀਪ ਪਿੰਡਰ, ਤੁਸੀਂ ਵਿੱਕੀ ਪ੍ਰੀਤ ਦਾ ਬੇਬੀ ਕਿਉਂ ਨਹੀਂ ਦੇਖਣਾ ਹੈ ਦੱਸੋ। ਮੈਂ ਦੱਸ ਚੁੱਕਾ ਜੀ ਪਹਿਲਾਂ, ਇਸ ਤੋਂ ਪਹਿਲਾਂ ਮੈਂ ਦੱਸ ਚੁੱਕਾ ਕਿਉਂ ਨਹੀਂ ਵੇਖਣਗੇ। ਅਗਲਾ ਕੁਸ਼ਚਨ ਹੈਗਾ ਜੀ MS16626690 ਜੈਸਮੀਨ ਸੋਹਲ, ਰੀਅਲੀ ਯੂ ਆਰ ਟੂ ਕਿਊਟ, ਬੈਸਟ ਕਪਲ ਫੋਰ ਐਵਰ। ਔਰ ਤੁਹਾਡੀ ਮੈਰਿਜ ਨੂੰ ਕਿੰਨਾ ਟਾਈਮ ਹੋ ਗਿਆ? ਥੈਂਕ ਯੂ ਜੀ। ਤੁਹਾਡੀ ਮੈਰਿਜ ਨੂੰ 4 ਸਾਲ ਕੰਪਲੀਟ ਹੋ ਗਏ ਸੀ ਪਿਛਲੀ ਨਵੰਬਰ ਨੂੰ, 4 ਸਾਲ ਪੂਰੇ ਕੰਪਲੀਟ ਹੋ ਗਏ। ਹਾਂਜੀ। ਅਗਲਾ ਕੁਸ਼ਚਨ ਜੀ ਸੋਨੀ ਮੁਲਤਾਨੀ, ਤੁਸੀਂ ਬਰਮਿੰਗਮ ਕਦੋਂ ਆਉਣਾ, ਅਸੀਂ ਤੁਹਾਨੂੰ ਮਿਲਣਾ ਵਾ? ਅਸੀਂ ਸ਼ਾਇਦ ਜੀ ਨਿਊ ਈਅਰ ਤੋਂ ਬਾਅਦ ਆਵਾਂਗੇ ਜਾਂ ਨਿਊ ਈਅਰ 'ਤੇ ਆਵਾਂਗੇ, ਕੁਛ ਪਤਾ ਨਹੀਂ ਅਜੇ। ਬਾਕੀ ਇੰਸਟਾ 'ਤੇ ਸਟੋਰੀ ਪਾ ਦਾਂਗੇ ਜਦੋਂ ਵੀ ਆਉਣਾ ਹੋਇਆ, ਕਿਉਂਕਿ ਬਰਮਿੰਗਮ ਵਾਲੇ ਵੀ ਲੰਡਨ ਵਾਲੇ ਬਹੁਤ ਮੈਸੇਜ ਆਉਂਦੇ ਪਏ ਆ, ਜਦੋਂ ਵੀ ਆਏ ਤੁਹਾਨੂੰ ਮੈਂ ਦੱਸ ਕੇ ਆਵਾਂਗੇ। ਅਤੇ ਅਗਲਾ ਕੁਸ਼ਚਨ ਹੈਗਾ ਜੀ ਰਵੀ 6020, ਕਿਵੇਂ ਹੋ ਜੀ, ਦਿਲ ਲੱਗ ਗਿਆ ਤੁਹਾਡਾ, ਫੈਮਿਲੀ ਦੀ ਤਾਂ ਬਹੁਤ ਯਾਦ ਆਉਂਦੀ ਹੋਣੀ ਆ। ਅਜੇ ਵੀ ਕਈ ਵਾਰੀ ਜਦੋਂ ਮੈਂ ਫੋਟੋ ਫੋਟੋ ਵੇਖਦੀ ਮੇਰਾ ਰੋਣ ਨਿਕਲ ਜਾਂਦਾ, ਫਿਰ ਰੋ ਰੋ ਕੇ ਆਪੇ ਚੁੱਪ ਕਰ ਜਾਂਦੀ। ਕੰਮ ਦੇ ਬੋਰ ਹੋਈ ਆ, ਇੱਧਰ ਭਾਜੀ ਪੁੱਛਦੇ ਹੁੰਦੇ ਕੀ ਹੋਇਆ ਕੀ ਹੋਇਆ। ਅਗਲਾ ਹੈਗਾ ਜੀ ਸਿੰਮੂ ਭੁੱਲਰ ਦਾ, ਤੁਸੀਂ ਕਿਹੜੀ ਜਗ੍ਹਾ ਰਹਿੰਦੇ ਯੂਕੇ ਚ? ਅਸੀਂ ਰਹਿੰਦੇ ਅਸੀਂ ਸਕੋਟਲੈਂਡ ਗਲਾਸਗੋ ਲਾਗੇ। ਅਗਲਾ ਕੁਸ਼ਚਨ ਬਹੁਤ ਇੰਟਰਸਟਿੰਗ ਆ, ਸ਼ਾਵੀ ਅਰੋੜਾ 128, ਤੁਹਾਡਾ ਬ੍ਰੋ ਸਿੰਗਲ ਆ, ਉਹਨਾਂ ਦੀ ਜੇ ਮੈਰਿਜ ਨਹੀਂ ਹੋਈ ਤਾਂ ਪਲੀਜ਼ ਮੇਰੇ ਘਰ ਰਿਸ਼ਤਾ ਲੈ ਆਓ ਦੀਦੀ ਰਣਵੀਰ ਜੀ। ਇਹ ਮੈਨੂੰ ਪਤਾ ਜੋਬ ਦੀ ਗੱਲ ਹੁੰਦੀ ਪਈ ਆ, ਇਹ ਕਭੀ ਨਹੀਂ ਹੋ ਸਕਤਾ। ਉਹੀ ਜੋਬ ਦੀ ਗੱਲ ਹੋਣੀ ਆ, ਰਿਸ਼ਤਾ ਭੇਜੋ ਮੁੰਡੇ ਨੂੰ, ਕੀ ਕਹਿ ਸਕਦੇ ਹੁਣ, ਉਹਦੀ ਮਰਜ਼ੀ ਆ, ਜਦੋਂ ਮੰਨ ਗਿਆ ਤੇ ਪਾਪਾ ਭੇਜ ਦਾਂਗੇ। ਅਜੇ ਉਹ ਛੋਟਾ ਵਿਆਹ ਲਈ ਬਹੁਤ ਛੋਟਾ ਵਾ, ਅਜੇ ਪੜਦਾ ਆਡਾ ਮੁੰਡਾ। ਹਮ, ਕੁਸ਼ਚਨ ਹੈਗਾ ਜੀ ਅਰਸ਼ਦੀਪ 9893, ਦਿਲ ਲੱਗ ਗਿਆ ਤੁਹਾਡਾ ਯੂਕੇ? ਮੇਰਾ ਤਾਂ ਲੱਗ ਗਿਆ ਬਹੁਤ ਵਧੀਆ, ਮਣੀ ਦਾ ਔਖਾ ਲੱਗ ਗਿਆ। ਹਾਂ, ਕਿਉਂਕਿ ਮੈਂ ਕਾਲਜ ਕੋਲੇ ਚੱਲ ਜਾਣਾ ਨਾ ਅਜੇ, ਤੇ ਮੇਰਾ ਨਹੀਂ ਐਡਾ ਕੋਈ ਔਖਾ ਨਹੀਂ ਹੁੰਦਾ ਵੈਸੇ ਦਿਲ ਲਾਉਣਾ, ਕੋਈ ਨਹੀਂ ਲੱਗ ਜੂ, ਮੇਰਾ ਵੀ ਹੌਲੀ 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 ਲੱਗ ਜੂ, ਕਿਉਂਕਿ ਅੱਜ ਕੱਲ੍ਹ ਤਾਂ ਵੀਡੀਓ ਕਾਲ ਵਗੈਰਾ ਸਭ ਕੁਛ ਹੈਗਾ, ਪਹਿਲਾਂ ਤਾਂ ਕੁਛ ਵੀ ਨਹੀਂ ਹੁੰਦਾ ਸੀ। ਅਗਲਾ ਕੁਸ਼ਚਨ ਹੈਗਾ ਜੀ ਧੰਨ ਗੁਰੂ ਰਾਮਦਾਸ 9 ਆਈਡੀ ਦਾ ਨੇਮ ਆ, ਆਲਿਸ ਦਾ ਬੈਂਡ ਕਿੰਨੇ ਆਏ ਆ ਸਹਿਜ ਨੇ ਮਣੀ ਦੇ? ਸਾਡੀ ਲੱਗੀ ਜੀ ਵਿਦਆਊਟ ਆਲਿਟਸ, ਤੇ ਅੱਗੇ ਕੁਸ਼ਚਨ ਆਓ ਕੋਈ ਇੱਦਾਂ ਵਿਜ਼ਨ ਰਿਲੇਟਡ ਆਪਾਂ ਵੀ ਦੱਸਾਂਗੇ। ਅਗਲਾ ਕੁਸ਼ਚਨ ਹੈਗਾ ਜੀ ਚਾਰਲਸ ਜੋਰਜ ਮਸੀਹ, ਮਣੀ ਦੀ ਰੀਅਲ ਸਿਸਟਰ ਐਂਡ ਜੀਜੂ ਆ ਤੁਹਾਡੇ ਕੋਲ, ਦੱਸੋ ਜੀ। ਮੇਰੀ ਰੀਅਲ ਸਿਸਟਰ ਹੈਗੀ ਆ ਜੀ ਲੰਡਨ, ਉਹ ਲੰਡਨ ਰਹਿੰਦੇ ਆ ਤੇ ਆਪਾਂ ਰਹਿੰਦੇ ਆ ਇੱਥੇ ਸਕਾਟਲੈਂਡ, ਤੇ ਸਾਡੇ ਤੋਂ ਹੈਗੇ ਉਹ ਬਾਏ ਕਾਰ ਹੈਗਾ 4-4.5 ਘੰਟੇ, ਬਾਏ ਬੱਸ ਹੈਗਾ 8 ਘੰਟੇ, ਤੇ ਬਾਏ ਟ੍ਰੇਨ ਹੈਗਾ 9-10 ਘੰਟੇ, ਤੇ ਇਸ ਕਰਕੇ ਆਪਾਂ ਉਹਨਾਂ ਤੋਂ ਦੂਰ ਆ। ਜਿੱਦਾਂ ਆਪਾਂ ਆਏ ਸੀ ਉਦੋਂ ਆਪਾਂ ਆਪਣੇ ਸਿਸਟਰ ਨੂੰ ਵੀ ਮਿਲੇ ਤੇ ਜੀਜੂ ਨੂੰ ਵੀ ਮਿਲੇ, ਉਹਨਾਂ ਨੇ ਇੱਧਰ ਹੋਣਾ ਆਪਣਾ ਸਕਾਟਲੈਂਡ, ਹਾਂ ਸ਼ਾਇਦ ਆਉਣਗੇ ਸਾਡੇ ਤੋਂ, ਫਿਰ ਉਦੋਂ ਵੀ ਵਲੌਗ ਬਣਾਵਾਂਗੇ, ਤੇ ਜਦੋਂ ਅਸੀਂ ਮਿਲੇ ਸੀ ਉਹ ਵਾਲਾ ਵਲੌਗ ਆਲਰੇਡੀ ਤੁਸੀਂ ਦੇਖਿਆ ਹੋਇਆ ਆ। ਹਾਂਜੀ, ਤੇ ਅਗਲਾ ਕੁਸ਼ਚਨ ਹੈਗਾ ਜੀ ਮਹਿਲ 7191, ਕਿੱਦਾਂ ਦਾ ਮਾਹੌਲ ਆ? ਮਾਹੌਲ ਪੂਰਾ ਓਕੇ, ਰਿਪੋਰਟ ਕੈਮ? ਮਾਹੌਲ ਪੂਰਾ ਠੰਡਾ ਆ, ਮਾਹੌਲ ਠੰਡਾ ਹੋ ਗਿਆ ਵੀ, ਹੁਣ -5 ਟੈਂਪਰੇਚਰ ਹੀ ਹੋਣ ਇੱਥੇ। ਤੇ ਅਗਲਾ ਕੁਸ਼ਚਨ ਹੈਗਾ ਜੀ ਆਪਣਾ ਡਾਂਸ ਵਿਦ ਹਰਸੁਖ ਆਈਡੀ ਦਾ ਨੇਮ ਆ, ਤੁਸੀਂ ਯੂਕੇ 'ਚ ਹਰਮਨ ਭਾਜੀ ਹੋਣਾਂ ਨੂੰ ਕਿਉਂ ਨਹੀਂ ਮਿਲੇ? ਤੇ ਉਹਦਾ ਵੀ ਰੀਜ਼ਨ ਆ, ਕਿਉਂ ਵੀ ਮੇਰੇ ਜਦੋਂ ਮੈਂ ਆਉਣਾ ਸੀ ਉਸ ਤੋਂ ਮੇਰੇ 2 ਦਿਨ ਬਾਅਦ ਮੇਰਾ ਕਾਲਜ ਸ਼ੁਰੂ ਸੀ, ਤੇ ਹਰਮਨ ਹੈਗਾ ਜੀ ਆਪਣਾ ਲੰਡਨ 'ਚ ਹੀ ਉਹ ਵੀ, ਤੇ ਇਸ ਕਰਕੇ ਮੈਨੂੰ ਇੱਧਰ ਸਕਾਟਲੈਂਡ ਛੇਤੀ ਆਉਣਾ ਪਿਆ, ਹੁਣ ਜਦੋਂ ਵੀ ਆਪਾਂ ਛੁੱਟੀਆਂ ਜਾਵਾਂਗੇ ਤਾਂ ਹਰਮਨ ਨਾਲ ਵੀ ਵਲੌਗ ਬਣਾਵਾਂਗੇ। ਅਗਲਾ ਕੁਸ਼ਚਨ ਹੈਗਾ ਜੀ ਮੇਹਰ ਤਾਨੀਆ 9119, ਤੁਹਾਡਾ ਇੰਟਰਵਿਊ ਹੋਈ ਸੀ ਯੂਨੀਵਰਸਿਟੀ ਦੀ? ਹਾਂਜੀ ਹਾਂਜੀ, ਯੂਨੀਵਰਸਿਟੀ ਦੀ ਇੰਟਰਵਿਊ ਹੋਈ ਸੀ, ਮੇਰੀ ਏਅਰਪੋਰਟ 'ਤੇ ਇੰਟਰਵਿਊ ਹੋਈ ਸੀ, ਸਾਰਿਆਂ ਦੀ ਹੁੰਦੀ ਆ, ਅਤੇ ਇਸ ਕਰਕੇ ਮੇਰੀ ਵੀ ਹੋਈ ਸੀ। ਆਈ ਪ੍ਰੀਤ 9839, ਮਨੀ ਦੀਦੀ ਤੁਸੀਂ ਵਿਦਆਊਟ ਆਰਡਰਸ ਗਏ ਐਂਡ ਕਿੰਨੇ ਟਾਈਮ 'ਚ ਵੀਜ਼ਾ ਆਇਆ? ਹਾਂਜੀ, ਵਿਦਆਊਟ ਆਰਡਰਸ ਗਏ ਹਾਂ, ਮੇਰਾ ਸਟੱਡੀ ਆ, ਮਨੀ ਦਾ ਦੂਜਾ ਆਪਣਾ ਡਿਪੈਂਡੈਂਟ ਆ, ਅਤੇ ਸਾਡਾ ਮੇਰਾ ਵੀਜ਼ਾ 3 ਦਿਨ 'ਚ ਆ ਗਿਆ ਸੀ, ਮਨੀ ਦਾ ਵੀਜ਼ਾ 10 ਦਿਨ 'ਚ ਆ ਗਿਆ, ਹੈ ਨਾ, ਡਿਪੈਂਡ ਕਰਦਾ ਆਪਣੇ ਪ੍ਰੋਸੈਸ 'ਤੇ, ਫਾਈਲ 'ਤੇ। ਅਗਲਾ ਹੈਗਾ ਜੀ ਪ੍ਰੀਤ
ਕੁੰਮੀ ਦਾ ਬਰੋ ਤੁਸੀਂ ਕਦੋਂ ਵਾਪਸ ਆਉਣਾ ਸਬ ਕੁਛ ਤੇ ਓਹਦੇ ਵਾਸਤੇ ਮੈਂ ਸਕਰੀਨਸ਼ੋਟ ਲੱਗ ਕੇ ਮੈਂਸ਼ਨ ਕਰਤਾ ਵਾ ਇੰਸਟਾਗ੍ਰਾਮ ਤੇ ਉਹਨਾਂ ਦਾ ਪੇਜ ਆ ਕਿੰਗਸਟੋਨ ਓਵਰਸੀਜ਼ ਤੇ ਇਹ ਹੈਗੇ ਜੀ ਫਰੀਦਕੋਟ ਮੇਰੇ ਜੀਜਾ ਜੀ ਆ ਤੇ ਜਿਨ੍ਹਾਂ ਨੇ ਵੀ ਫਾਈਲ ਲਵਾਉਣੀ ਹੋਵੇ ਜਾਂ ਕੁਛ ਪੁੱਛਣਾ ਹੋਵੇ ਥੱਲੇ ਨੰਬਰ ਵੀ ਮੈਂਸ਼ਨ ਹੁੰਦਾ ਪਿਆ ਵਾ ਤੇ ਸਾਰੇ ਜਣੇ ਪੁੱਛ ਸਕਦੇ ਜੀ ਤੇ ਜੇ ਮੇਰਾ ਰੈਫਰੈਂਸ ਦਿਓਗੇ ਕੁਛ ਨਾ ਕੁਛ ਹੋ ਜੇ ਯੂਕੇ ਵਾਲੇ ਫ੍ਰੀ ਚ ਵੀਜ਼ਾ ਦੇ ਦੇਣ ਨਹੀਂ ਮੇਰਾ ਵੀ ਆ ਕਰਦਾ ਕਿਹਾ ਉਹ ਮੇਰੇ ਲਈ ਵੀ ਉਹੀ ਕੰਮ ਕਰਨਗੇ ਕੀਤਾ ਉਹਨਾਂ ਨੇ ਤੇ ਤੁਹਾਡੇ ਲਈ ਵੀ ਉਹੀ ਕਰਨਗੇ ਸੇਮ ਹੀ ਕੰਮ ਕਰਨਾ ਹੈ ਸਾਡੇ ਲਈ ਤੇ ਸਾਰੇ ਜਣੇ ਜ਼ਰੂਰ ਮੈਸੇਜ ਕਰ ਲਿਓ ਜਿਨ੍ਹਾਂ ਨੇ ਵੀ ਲਵਾਉਣੀ ਜਾਂ ਕੁਛ ਪੁੱਛਣਾ ਹੋਵੇ ਤੇ ਕਰ ਲਿਓ ਮੈਸੇਜ ਜਾਂ ਫੋਨ ਤੇ ਸਾਰ ਲੈ ਲਓ ਨੈਕਸਟ ਕੁਐਸਚਨ ਹੈਗਾ ਆ ਜੀ ਚਲ ਕੀ ਕਰਨ ਦੇ ਆ ਕੋ ਨਹੀਂ ਕਰਨਾ ਚਲ ਪੜ ਜਤਿੰਦਰ ਗੁਰਾਇਆ ਦਾ ਤੇ ਉਹ ਪੁੱਛਣ ਦੇ ਆ ਕੀ ਪੁੱਛਣ ਦੇ ਮੈਂ ਬਲੌਗ ਨਹੀਂ ਮੈਂ ਬਲੌਗ ਮੰਨ ਕਰ ਦਿੰਦਾ ਨਹੀਂ ਕੀ ਪੁੱਛਣ ਦੇ ਜਤਿੰਦਰ ਗੁਰਾਇਆ ਜੀ ਪੁੱਛਣ ਹੋਣਾਗਾ ਕੀ ਹਾਲ ਆ ਬਰੋ ਐਂਡ ਭਾਬੀ ਜੀ ਯੂਕੇ ਲਾਈਫ ਕਿੱਦਾਂ ਚੱਲਦੀ ਪਈ ਆ ਹਜੇ ਤੇ 6 ਮਹੀਨੇ ਸੁਰਤ ਨਹੀਂ ਆਉਣੀ ਪਹਿਲੀ ਗੱਲ ਤੇ ਕਿਉਂਕਿ ਹਜੇ ਥੋੜਾ ਟਾਈਮ ਲੱਗਣਾ ਤਾਂ ਫੇਰ ਦੱਸਾਂਗੇ ਯੂਕੇ ਲਾਈਫ ਫੇਰ ਦੱਸਾਂਗੇ ਯੂਕੇ ਲਾਈਫ ਬਾਰੇ ਹਜੇ ਨਹੀਂ ਪਤਾ ਕੁਛ ਇਨੋਸੈਂਟ ਬੇਦੀ 4-5 ਕਿਊਟ ਨਾਈਸ ਕਪਲ ਨਾਈਸ ਕਪਲ ਥੈਂਕ ਯੂ ਹਾਂ ਇੰਟਰਵਿਊਜ਼ ਹੋਈਆਂ ਸੀ ਇੰਟਰਵਿਊਜ਼ ਹੁੰਦੀ ਆ ਜੀ ਸਾਰਿਆਂ ਨੂੰ ਪਤਾ ਹੀ ਆ ਉਸ ਚੀਜ਼ ਸਟੂਡੈਂਟ ਵੀਜ਼ਾ ਜਿਹੜਾ ਵੀ ਆਊਗਾ ਜਾਂ ਉਦਾਂ ਵੀ ਕੋਈ ਆਊਗਾ ਸਾਰਿਆਂ ਦੀ ਮੇਲ ਵੀ ਹੁੰਦੀ ਆ ਹੁੰਦੀ ਆ ਇਵਨ ਕਿ ਪੀਆਰ ਬੰਦੇ ਦੀ ਵੀ ਹੁੰਦੀ ਆ ਉਹਦਾ ਵੀ ਵੀਜ਼ਾ ਪੀਆਰ ਦੀ ਵੀ ਹੁੰਦੀ ਆ ਹੋਏ ਐਡਾ ਝੂਠਾ ਕੁਐਸਚਨ ਨਵਜੋਤ ਕੌਰ ਸੋਹੀ ਦਾ ਪਤਲੇ ਕਿੱਦਾਂ ਹੋਏ ਮਣੀ ਦੀ ਤੁਸੀਂ ਕਹਿੰਦੇ ਵਹਿਮ ਨਾ ਪਾਲੋ ਵਹਿਮ ਨਾ ਪਾਲੋ ਕੀ ਪੁੱਛ ਲਿਆ ਜੇ ਨਹੀਂ ਮੈਂ ਹੋਈ ਮੈਂ ਉਹਨਾਂ ਨੂੰ ਲੱਗੀ ਹੋਈ ਉਹਨਾਂ ਨੇ ਪੁੱਛਿਆ ਮੈਨੂੰ ਹਾਏ ਸਾਨੂੰ ਤਾਂ ਲੱਗੀ ਨਹੀਂ ਪਤਾ ਨਹੀਂ ਮੇਰੇ ਕੋਲ ਤਾਂ ਜਵਾਬ ਨਹੀਂ ਹੈਗਾ ਅਗਲਾ ਕੁਐਸਚਨ ਹੈਗਾ ਜੀ ਹਰਪ੍ਰੀਤ ਕੇ ਟੂਰਿਸਟ ਵੀਜ਼ਾ ਤੇ ਗਏ ਵਰਕ ਪਰਮਿਟ ਤੇ ਅਸੀਂ ਦੋਵਾਂ ਤੇ ਨਹੀਂ ਗਏ ਅਸੀਂ ਗਏ ਹਾਂ ਸਟੱਡੀ ਵੀਜ਼ੇ ਤੇ ਤੁਹਾਡੀ ਕਿਹੜੇ ਬੇਸ ਤੇ ਲੱਗੀ ਆ ਦੱਸਿਆ ਤੁਹਾਨੂੰ ਜੀ ਚਾਰ ਸਾਲ ਵਿਆਹ ਨੂੰ ਗਏ ਲੋਕ ਹੁਣ ਕੁਐਸਚਨ ਪੁੱਛਦੇ ਪਏ ਕੌਰ 01 ਤੁਹਾਡੀ ਅਰੇਂਜ ਮੈਰਿਜ ਹੈ ਕਿ ਲਾਵਰ ਯਾਰ ਜਿਹੜੇ ਸਾਡੇ ਨਾਲ ਨਵੇਂ ਜੁੜਦੇ ਆ ਉਹਨਾਂ ਨੂੰ ਵੀ ਪਤਾ ਹੁੰਦਾ ਇਸ ਚੀਜ਼ ਦਾ ਸਾਡੀ ਅਰੇਂਜ ਮੈਰਿਜ ਹੈ ਜੀ ਅਗਲੀ ਹੈਗਾ ਜੀ ਗੋਰਾ ਗੁਰਪ੍ਰੀਤ ਸਿੰਘ ਤੁਸੀਂ ਇੰਨੇ ਰੀਲਸ ਤੇ ਵਲੌਗ ਕਿਉਂ ਨਹੀਂ ਬਣਾਉਂਦੇ ਨਾਲੇ ਤੁਸੀਂ ਯੂਕੇ ਵਾਲਾ ਹੋਮ ਟੂਰ 'ਚ ਨੂੰ ਵਲੌਗ ਦਿਖਾਓ ਬਣਾਉਂਦੇ ਆ ਜੀ ਪਰ ਜਦੋਂ ਟਾਈਮ ਲੱਗਦਾ ਆਪਣਾ ਹਜੇ ਮੈਂ ਕਾਲਜ ਜਾਂਦਾ ਵਾਂ ਅਤੇ ਇਸ ਕਰਕੇ ਜਦੋਂ ਛੁੱਟੀ ਹੁੰਦੀ ਮੈਂ ਛੁੱਟੀ ਵਾਲੇ ਦਿਨ ਵੀ ਕਾਲਜ ਜਾਂਦਾ ਵਾਂ ਅਤੇ ਹੁਣ ਆਪਾਂ ਨੂੰ ਛੁੱਟੀਆਂ ਪੈਣੀਆਂ ਹੁਣ ਆਪਾਂ ਰੀਲਸ ਬਣਾਵਾਂਗੇ ਅਤੇ ਹੋਮ ਟੂਰ ਵਾਲਾ ਵਲੌਗ ਵੀ ਜਲਦੀ ਆਊਗਾ ਕੋਸ਼ਿਸ਼ ਕਰਾਂਗੇ ਕਿ ਆਪਾਂ ਇੱਕ ਵੀਕ ਵਿੱਚ ਦੋ ਵਲੌਗ ਤੇ ਪਾਵਾਂਗੇ ਦੋ ਵਲੌਗ ਤੇ ਪਾਵਾਂਗੇ ਬਾਕੀ ਹੋਮ ਟੂਰ ਵੀ ਆਪਾਂ ਛੇਤੀ ਕਰਾਂਗੇ ਅਗਲਾ ਜੀ ਹਰਮਨ 417 ਨੂਰ ਵੈਰੀ ਨਾਈਸ ਕਪਲ ਸਹਿਜ ਵੀਰੇ ਬਹੁਤ ਪਸੰਦ ਮੈਨੂੰ ਤੁਹਾਡੇ ਵਲੌਗ ਨੂੰ ਤੁਸੀਂ ਦੋਵੇਂ ਵੀ ਥੈਂਕ ਯੂ ਜੀ ਥੈਂਕ ਯੂ ਬਹੁਤ ਵਧੀਆ ਇਹ ਕਿਹਾ ਤਾਂ ਮੈਂ ਥੈਂਕ ਯੂ ਬਹੁਤ ਵਧੀਆ ਕੀ ਹੋ ਗਿਆ ਨੀਂਦ ਆਉਂਦੀ ਆ ਤੇ ਅਗਲਾ ਹੈਗਾ ਜੀ ਔਲਕ PV06 ਕਾਲੇ ਬਗਾਨੇ ਤੁਹਾਡਾ ਘਰ ਕਿਹੜੀ ਸਾਈਡ ਤੇ ਆ ਮੈਨੂੰ ਲੱਭਦਾ ਹੀ ਨਹੀਂ ਆ ਕਾਲੇ ਬਗਾਨੇ ਸਾਡਾ ਘਰ ਹੈਗਾ ਜੀ ਭਾਲ ਵਾਲੀ ਰੋਡ ਤੇ ਉੱਥੋਂ ਕਿਸੇ ਨੂੰ ਵੀ ਪੁੱਛ ਲਿਓ ਵੀ ਆਪਾਂ ਸਹਿਜ ਦੇ ਘਰੇ ਆਉਣਾ ਤੇ ਦੱਸ ਦੇਣਗੇ ਤੁਹਾਨੂੰ ਅਗਲਾ ਕੁਐਸਚਨ ਹੈਗਾ ਜੀ ਸਿਮੀ 1950 ਤੁਹਾਨੂੰ ਬਾਹਰ ਗਏ ਨੂੰ ਕਿੰਨਾ ਟਾਈਮ ਹੋ ਗਿਆ ਜੀ ਸਾਨੂੰ ਇੱਕ ਮੰਥ ਹੋ ਗਿਆ ਪੂਰਾ ਇੱਕ ਮੰਥ ਇੱਕ ਮੰਥ ਤੇ 3 ਦਿਨ ਉੱਤੇ ਹੋ ਗਏ ਨੇ ਗਾਇਸ ਬੜੇ ਮਾਨ ਲੱਗੇ ਨੇ ਇੱਕ ਮੰਥ ਜਿੱਦਾਂ ਕਿੱਦਾਂ ਹੁਣ ਆਪਾਂ ਯੂਕੇ ਲਈ ਬੋਲੀ ਬੋਲਣੀ ਹੈ ਨਾ ਜਿੱਦਾਂ ਕਿੱਦਾਂ
ਅਜੇ ਤਾਂ ਇਹ ਪੰਜਾਬ ਦੀ ਮਿੱਟੀ ਨਹੀਂ ਜਾਣਦੀ ਸਾਡੇ ਚੋਂ ਉਹ ਕਦੇ ਵੀ ਨੀ ਜਾਣੀ ਅਗਲਾ ਆ ਜੀ ਨਵਪ੍ਰੀਤ 4527 ਵੀਰੇ ਯੂਕੇ ਦੇ ਹਜੇ ਵੀ ਵਿਦਆਊਟ ਡਲਿਸ ਆ ਰਹੇ ਆ ਵੀਜ਼ੇ ਜਾਂ ਨਹੀਂ ਇਸ ਬਾਰੇ ਸਾਨੂੰ ਹਜੇ ਕੋਈ ਇਨਫੋਰਮੇਸ਼ਨ ਨਹੀਂ ਆ ਗਾਇਜ਼ ਜਿਹੜਾ ਸਾਡਾ ਨਿਊ ਪ੍ਰਾਈਮ ਮਿਨਿਸਟਰ ਆ ਉਹਨੇ ਸਟੂਡੈਂਟ ਵੀਜ਼ੇ ਬੰਦ ਕਰਨੇ ਆ ਸੋ ਜਿੰਨੇ ਜਿੰਨੇ ਵੀ ਫਾਈਲ ਲਾਉਣੀ ਛੇਤੀ ਛੇਤੀ ਲਾ ਲਓ ਜਦ ਵੀ ਬੈਚ ਆ ਜਾਓ ਉਸ ਤੋਂ ਬਾਅਦ ਬੰਦ ਆ ਇੰਨਾ ਕੁ ਪਤਾ ਸਾਨੂੰ ਬਾਕੀ ਕਨਫਰਮ ਆ ਕਿ ਨਹੀਂ ਕਨਫਰਮ ਉਹ ਆਪਾਂ ਨੂੰ ਨਹੀਂ ਪਤਾ ਜਿੱਦਾਂ ਖਬਰ ਯੂਕੇ ਦਾ ਕੋਈ ਪਤਾ ਨਹੀਂ ਕਦੋਂ ਰੂਲ ਚੇਂਜ ਕਰਦੇ ਹੈਗਾ ਜੀ ਗਿੰਦਰ ਸੰਧੂ 07 ਤੁਸੀਂ ਯੂਟਿਊਬ ਤੇ ਵੀਡੀਓ ਕਿਉਂ ਨਹੀਂ ਪਾਉਂਦੇ ਪਾਵਾਂਗੇ ਜੀ ਹਜੇ ਥੋੜਾ ਟਾਈਮ ਜਿਹਾ ਰਲਦੀ ਨਹੀਂ ਪਈ ਉਹ ਕੰਮ ਤੇ ਆਉਂਦੇ ਆਹੀ ਚੱਲ ਜਾਂਦੇ ਆਹੀ ਆਉਂਦੇ ਹਾਂ ਕਿ ਇੱਕ ਵਾਰੀ ਛੁੱਟੀ ਹੁੰਦੀ ਆ ਉਦੋਂ ਵੀ ਮੈਂ ਕਾਲਜ ਜਾਣਾ ਵਾ ਤਾਂ ਹੁਣ ਕਾਲਜ ਛੁੱਟੀਆਂ ਪੈਣੀਆਂ ਆਪਾਂ ਵਲੌਗ ਬਣਾਵਾਂਗੇ ਤੇ ਅਗਲਾ ਹੈਗਾ ਜੀ ਅਨੂ 2126 ਭਾਬੀ ਬਈਆ ਬਾਬੀ ਬਹੁਤ ਕਿਊਟ ਆ ਬਈਆ ਬਾਬੀ ਬਹੁਤ ਕਿਊਟ ਹੈ आप कौन सी कंट्री में हो कृष्णा हम हैगे जी यूके च हम यूके में स्ट्रीट 7707 तुसी इंग्लैंड पक्के आ भाई जा फिर थोड़े दिन लागे थोड़े दिन वाली कहंदे आ इंग्लैंड अच्छा पक्के गए हो थोड़े दिन वाली अच्छा पक्के गए हां जी ओ नहीं मुड़दे यार नेक्स्ट है जी इट्स जीत 06 तो तुसी विदाउट वाले स्थान गए एंड आपका कोर्स कितने साल का ਮੇਰਾ ਕੋਰਸ ਹੈਗਾ ਜੀ 2 ਸਾਲ ਦਾ ਮਾਸਟਰ ਐਮਐਸਸੀ ਬਿਜ਼ਨਸ ਰੂਪ੍ਰੀਤ ਸੰਧੂ ਹੈਲੋ ਸਿਸਟਰ ਯੂਕੇ ਸਟੱਡੀਜ਼ ਲਈ ਪਤਾ ਪੀਟੀ ਹੋਮ ਡਿਸ਼ਨ ਆਫ ਹੋ ਗਈ ਵਿਦਆਊਟ ਐਲਐਸ ਪੋਸੀਬਲ ਵੀਜ਼ਾ ਪਲੀਜ਼ ਡੂ ਰਿਪਲਾਈ ਸੌਰੀ ਬਟ ਹੁਣ ਪਤਾ ਨਹੀਂ ਜੀ ਇਸ ਬਾਰੇ ਵੀ ਜਸਟ ਨੋ ਅਬਾਊਟ ਦ ਆਲਸ ਐਂਡ ਵਿਦਆਊਟ ਆਲਸ ਨਹੀਂ ਪਤਾ ਉਹਦਾ ਵੈਸੇ ਵੀ ਨਹੀਂ ਪਤਾ ਕੁਝ ਨੂੰ ਆਈ ਵਿਦਆਊਟ ਐਲਸ ਆਇਆ ਪੀਟੀ ਦਾ ਸਾਨੂੰ ਵੀ ਨਹੀਂ ਪਤਾ ਅਗਲਾ ਹੈ ਜੀ ਕਵਲਦੀਪ 50951 ਜਿੰਨਾ ਕੋਲ ਤੁਸੀਂ ਆਏ ਹੋ ਤੁਹਾਡੀ ਰੀਅਲ ਸਿਸਟਰ ਆ ਰੀਅਲ ਸਿਸਟਰ ਨਹੀਂ ਜੀ ਕਜ਼ਨ ਸਿਸਟਰ ਕਹਿ ਸਕਦੇ ਆਪਾਂ ਇਹ ਹੈਗਾ ਜੀ ਲੇਡੀਜ਼ ਕਾਰਨਰ ਬਾਏ ਅੱਗੇ ਪਤਾ ਨਾਂ ਕੀ ਆ ਤੁਸੀਂ ਰਾਜਵੀਰ ਦੀਦੀ ਨੂੰ ਜਾਣਦੇ ਇੱਕ ਰਾਜਵੀਰ ਮੇਰੀ ਫਰੈਂਡ ਵੀ ਆ ਤੇ ਮੇਰੀ ਹੋਣ ਵਾਲੀ ਫਿਊਚਰ ਭਾਬੀ ਵੀ ਆ ਹੁਣ ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਬਾਰੇ ਪੁੱਛ ਰਹੇ ਹੋ ਇੱਕ ਕੁਐਸਚਨ ਹੋਰ ਆ ਜੀ ਇਜ਼ ਪੀਆਰ ਪੋਸੀਬਲ ਦੇਅਰ ਉਹਨੂੰ ਨਾਮ ਮੈਂਸ਼ਨ ਕਰਨ ਤੋਂ ਮਨਾ ਕੀਤਾ ਵਾ ਪੀਆਰ ਹੁਣ ਦੱਸੋ ਜੀ ਜਿੰਨੇ ਕਿ ਰੱਖਦੇ ਹੋਣ ਤਾਂ ਸਭ ਕੁਛ ਮਿਲਦਾ ਸਟੱਡੀ ਨਾ ਛੱਡੋ ਮੇਨ ਗੱਲ ਤੇ ਆ ਆਪਣੀ ਵੀ ਸਟੱਡੀ ਨਾ ਛੱਡਿਓ ਸਟੱਡੀ ਜਿੰਨੀ ਵੀ ਹੈਗੀ ਆ ਹੌਸਲਾ ਨਾ ਹਾਰੋ 4 ਸਾਲ ਦੀ ਕੰਪਲੀਟ ਕਰੋ ਹੌਲੀ ਹੌਲੀ ਸਭ ਕੁਛ ਹੋ ਜਾਂਦਾ ਵਾ ਜੇ ਆਪਣੇ ਨੀਂਦ ਚੰਗੀ ਹੋਵੇ ਤੇ ਪੀਆਰ ਬੰਦੇ ਹੋ ਜਾਂਦੇ ਆ ਹਾਊ ਲੌਂਗ ਹੈਜ਼ ਇਟ ਬੀਨ ਸਿੰਸ ਯੂਅਰ ਮੈਰਿਜ 4 ਇਅਰ ਤੇ ਨੈਕਸਟ ਕੁਐਸਚਨ ਹੈਗਾ ਆ ਜੀ ਜਸਪ੍ਰੀਤ 8259 ਸਿੰਘ ਦਾ ਮੈਨੂੰ ਦੱਸੋ ਕਮਲ ਭਾਜੀ ਸੰਦੀਪ ਦੀਦੀ ਤੇ ਵਿੱਕੀ ਪ੍ਰੀਤੀ ਕਿੱਥੇ ਰਹਿੰਦੇ ਆ ਉਹ ਰਹਿੰਦੇ ਆ ਜੀ ਹਰਚੋਵਾਲ ਦੇ ਲਾਗੇ ਪਿੰਡ ਆ ਛੋਟਾ ਜਿਹਾ ਕਵਰਿਆ ਉੱਥੇ ਰਹਿੰਦੇ ਸਾਰੇ ਡਿਸਟ੍ਰਿਕਟ ਗੁਰਦਾਸਪੁਰ ਤੇ ਅਗਲਾ ਜੀ ਨਵਦੀਪ ਜਗਜੀਤ ਤੁਸੀਂ ਹੁਣ ਪੰਜਾਬੀ ਸੀਰੀਅਲ ਨਹੀਂ ਬਣਾ ਰਹੇ ਦੀਦੀ ਇੱਥੇ ਦੇ ਭੈਣੇ ਵਲੌਗ ਨਹੀਂ ਬਣਦੇ ਸੀਰੀਅਲ ਕਿੱਥੋਂ ਬਣਾ ਰਹੇ ਸੀਰੀਅਲ ਨਹੀਂ ਬਣਦੀ ਇੱਥੇ ਸ਼ਿਫਟਾਂ ਲਾ ਲਾ ਮੱਤ ਮਾਰ ਗਈ ਬਣਾਵਾਂਗੇ ਜਿੱਦਣ ਕਿਤੇ ਖੁੱਲ੍ਹਾ ਟਾਈਮ ਹੋਇਆ ਬਾਕੀ ਰੋਜ਼ ਗੱਲ ਹੋ ਜਾਂਦੀ ਆਪਣੀ ਇਸ ਕਰਕੇ ਜ਼ਿਆਦਾ ਕੁਝ ਮਹਿਸੂਸ ਨਹੀਂ ਤੁਹਾਡਾ ਦਿਲ ਲੱਗ ਕਿਉਂ ਨਹੀਂ ਰਿਹਾ ਜਿਆਦਾ ਮਹਿਸੂਸ ਨਹੀਂ ਕੁਐਸਚਨ ਮੇਰੇ ਵੱਲੋਂ ਤੁਹਾਨੂੰ ਹਾਂਜੀ ਤੁਹਾਡਾ ਦਿਲ ਲੱਗ ਕਿਉਂ ਨਹੀਂ ਰਿਹਾ ਐਨੀ ਰੀਜ਼ਨ ਨਹੀਂ ਲੱਗਦਾ ਪਿਆ ਵਾ ਇਹਦਾ ਨਹੀਂ ਲੱਗਦਾ ਇਹ ਰੋਜ਼ ਮੈਂ ਤਾਂ ਕਿਉਂ ਨਹੀਂ ਰਿਹਾ ਅੱਛਾ ਹੁਣ ਮੈਂ ਵੀ ਤੈਨੂੰ ਕੁਐਸਚਨ ਕਰਦਾ ਸਵੇਰੇ ਤੁਹਾਡਾ ਦਿਲ ਕਿਉਂ ਨਹੀਂ ਲੱਗਣ ਰਿਹਾ ਉਹ ਤਾਂ ਚਲੋ ਜਦੋਂ ਸਾਡੇ ਘਰੇ ਕੋਈ ਪਾਰਟੀ ਫੰਕਸ਼ਨ ਹੁੰਦਾ ਸਾਨੂੰ ਇੰਡੀਆ ਦੀ ਯਾਦ ਆਉਂਦੀ ਆ ਬਟ ਉਦਾਂ ਤਾਂ ਐਡਾ ਕੋਈ ਹੈ ਨਹੀਂ ਪੜਾ ਜਦੋਂ ਪਤਾ ਇੱਥੇ ਰਹਿਣਾ ਵਾ ਯਾਰ ਕਦੀਰ ਨਾਲ ਲੌਂਗ ਟਾਈਮ ਰਹੇ ਨਾ ਫੈਮਿਲੀ ਤੋਂ ਦੂਰ ਹੁਣੇ ਲਾ ਦਿਲ ਫਰਕ ਤਾਂ ਪੈਂਦਾ ਹੀ ਲਾ ਦਿਲ ਕੋਈ ਲੱਗ ਜੂ ਹੌਲੀ ਹੌਲੀ ਆਈ ਵਿਲ ਟ੍ਰਾਈ ਮਾਈ ਬੈਸਟ ਤੇ ਇਹ ਹੈ ਜੀ ਕੁਐਸਚਨਸ ਦਾ ਐਂਡ ਕੁਐਸਚਨ ਰਿਪੀਟ ਬਹੁਤ ਜ਼ਿਆਦਾ ਹੋਏ ਇਸ ਕਰਕੇ ਮੈਂ ਮੇਨ ਮੇਨ ਕੁਐਸਚਨ ਪੜੇ ਆ ਮੈਨੂੰ ਕੀ ਹੋ ਰਿਹਾ ਇਹਨਾਂ ਦਿਨਾਂ ਸੱਚ ਥੋੜੀ ਜਿਹੀ ਕੰਮ ਤੇ ਐਵੇਂ ਦੇ ਬੰਦੇ ਮਿਲ ਜਾਂਦੇ ਨੇ ਜਿਨ੍ਹਾਂ ਦੇ ਰਾੜੇ 'ਚ ਪ੍ਰੋਬਲਮ ਆ ਥੋੜੀ ਜਿਹੀ ਕੋੜਾ ਪੈ ਰਿਹਾ ਹੈ ਤੇ ਆਪਣਾ ਕੁਐਸਚਨਸ ਹੋ ਗਿਆ ਕੰਪਲੀਟ ਇੱਥੇ ਰਿਪੀਟ ਕੁਐਸਚਨ ਬਹੁਤ ਜ਼ਿਆਦਾ ਸੀ ਉਹ ਤੁਹਾਨੂੰ ਦੱਸਿਓ ਜੀ ਕਿਹੜੇ ਕਿਹੜੇ ਕੁਐਸਚਨ ਰਿਪੀਟ ਸੀ ਇੱਕ ਤਾਂ ਆਪਣੇ ਸਟੱਡੀ ਲੈਟਰ ਵਾਲੇ ਸੀ ਰਿਲੇਟਡ
ਤੁਸੀਂ ਚੁੱਪ ਕਰੋ ਮੈਂ ਦੱਸਦੀ ਆ ਸਾਹ ਲੈ ਲਓ ਥੋੜਾ ਇੱਕ ਤੇ ਸੀਗਾ ਕਿ ਤੁਸੀਂ ਸਟੱਡੀ ਵੀਜ਼ਾ ਕਿਹਦਾ ਆ ਤੇ ਸਪਾਊਸ ਵੀਜ਼ਾ ਕਿਹਦਾ ਆ ਉਹ ਦੱਸਿਆ ਸੀ ਇੱਕ ਸੀਗਾ ਕਿ ਤੁਸੀਂ ਵਿੱਕੀ ਪ੍ਰੀਤੀ ਦੇ ਬੇਬੀ ਨੂੰ ਵੇਖ ਰਹੇ ਕਿਉਂਕਿ ਉਹ ਵੀ ਆਪਾਂ ਕਲੀਅਰ ਕੀਤਾ ਆ ਸਿਟੀ ਕਿਹੜੀ ਆ ਉਹ ਵੀ ਆਪਾਂ ਦੱਸਤਾ ਆ ਤੇ ਬਾਕੀ ਕੋਈ ਗੁੱਸਾ ਨਾ ਕਰੋ ਜਿਹਨਾਂ ਦੇ ਕੁਐਸਚਨ ਰਹਿ ਗਏ ਕਿਉਂਕਿ ਕੁਐਸਚਨ ਰਿਪੀਟ ਬਹੁਤ ਜ਼ਿਆਦਾ ਸੀ ਇਦਾਂ ਜੇ ਮੈਂ ਇਕੱਲਾ ਇਕੱਲਾ ਕੁਐਸਚਨ ਮੇਰੇ ਹਿਸਾਬ ਨਾਲ ਮੈਨੂੰ 150 ਪਲੱਸ ਕੁਐਸਚਨ ਆਇਆ ਵਾ ਪਲੱਸ ਹੀ ਆਇਆ ਵਾ ਚਲੋ ਕੋਈ ਨਹੀਂ ਆਪਾਂ ਮਾਈਨਸ ਕਰ ਲਿਆ ਕੀ ਬਣਾਇਆ ਸੱਚੀ ਚਲੋ ਤੇ ਜਿਨ੍ਹਾਂ ਦੇ ਨਹੀਂ ਅਪਲਾਈ ਹੋਏ ਕਿਉਂਕਿ ਰਿਪੀਟ ਬਹੁਤ ਜ਼ਿਆਦਾ ਸੀ ਤੇ ਗੁੱਸਾ ਨਾ ਕਰਿਓ ਆਪਾਂ ਨੈਕਸਟ ਹੋਰ ਸਾਲ ਬਾਅਦ ਫਿਰ ਕੀ ਹੁੰਦੇ ਕੁਛ ਪਾਵਾਂਗੇ ਕੋਸ਼ਿਸ਼ ਕਰਾਂਗੇ ਤੁਹਾਡੀ ਉਮੀਦਾਂ ਦੇ ਪੂਰੇ ਕਰ ਪਰ ਗਾਇਸ ਇਹ ਸਭ ਇਹ ਵਲੌਗ ਦੇ ਪਿੱਛੇ ਹੱਥ ਮੇਰਾ ਆ ਕਿਉਂਕਿ ਮੈਂ ਲੜ ਕੇ ਆ ਪੋਸਟ ਪਵਾਈ ਸੀਗੀ ਸਹੀ ਗੱਲ ਮੈਂ ਕਰ ਰਿਹਾ ਤੇ ਅੱਬ ਕਿੰਨੇ ਵਜੇ ਪਾਈ ਸੀ 2 ਵਜੇ ਹਾਂ ਕਿਉਂਕਿ ਸਹਿਜ ਵੀਰਾ ਕਹਿੰਦਾ ਸੀਗਾ ਵੀ ਮੈਂ ਨਹੀਂ ਪਾਉਣੀ ਸਵੇਰੇ ਉੱਠ ਕੇ ਪਾਉਂਗਾ ਹਾਂ ਇੰਡੀਆ ਉਦੋਂ ਮੈਂ ਸੱਤ ਵਜੇ ਜਿੰਨੇ ਵਲੌਗ ਹੁੰਦੇ ਆ ਮੇਰੇ ਤੇ ਭਾਬੀ ਦੇ ਲੜਨ ਕਰਕੇ ਉਹ ਪਾਉਂਦਾ ਆ ਤੇ ਆਪਾਂ ਜਿਹੜੇ ਪਹਿਲਾਂ ਵੀ ਇੱਕ ਵਲੌਗ ਪਾਇਆ ਸੀ ਉਹ ਵੀ ਮਤਲਬ ਆਪਾਂ ਹੀ ਫੋਰਸ ਕਰਦੀਆਂ ਦੋਵੇਂ ਕਿ ਵਲੌਗ ਬਣਾਓ 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 ਤੇ ਯੂਕੇ ਦੇ ਜਿੰਨੇ ਵਲੌਗ ਪਏ ਨੇ ਸਾਰੇ ਮੈਂ ਹੀ ਤੱਕੇ ਨਾ ਪਾਏ ਨੇ ਐਡਿਟ ਕਰੋ ਐਡਿਟ ਕਰੋ ਮੈਂ ਇਹ ਛੁੱਟੀ ਵਾਲੇ ਦਿਨ ਵੀ ਘਰ ਰਹਿੰਦੀ ਆ ਤੁਸੀਂ ਮੈਨੂੰ ਵੇ ਕਿੱਥੇ ਕਰਾ ਪੈਂਦਾ ਕਾਲਜ ਮੇਰਾ ਕਾਲਜ ਕੁਝ ਪਾਣੇ ਕੇ ਲਈ ਕੁਝ ਖੋਣਾ ਪੜਤਾ ਹੈ ਮੇਰੇ ਦੋਸਤ ਤੋ ਇਹ ਤਾਂ ਹਮ ਤੋ ਤੁਸੀਂ ਤੋ ਹੀ ਗਿਆ ਵਾ ਮੈਂ ਤੋ ਬਈ ਗਿਆ ਹੀ ਮੈਂ ਵੀ ਉਦਾਂ ਗਿਆ ਤਾਂ ਇਹ ਦੇ ਨਾਲ ਹੀ ਤੋ ਤੇ ਤੂੰ ਮੈਨੂੰ ਪਹਿਲਾਂ ਦੇਖ ਕੇ ਆ ਕਿਤੇ ਜਲਦੀ ਹੀ ਲਾਈਵ ਹੋਵਾਂਗੇ ਇੰਸਟਾਗ੍ਰਾਮ ਤੇ ਆਪਾਂ ਯੂਟਿਊਬ ਦੋਨਾਂ ਤੇ ਪੋਸਟ ਪਾ ਦਾਂਗੇ ਤੇ ਸਾਡੀਆਂ ਪਿੱਛੇ ਫੋਟੋਆਂ ਵੀ ਲੱਗੀਆਂ ਆ ਇਹ ਵੀ ਫੋਟੋਆਂ ਲਾਈਆਂ ਕਮਲ ਨੇ ਸਾਡੀ ਵੈਲਕਮ ਖੁਸ਼ੀ ਉਹ ਮੈਂ ਛੋਟੀ ਜਿਹੀ ਕਲਿੱਪ ਤੁਹਾਨੂੰ ਸ਼ੇਅਰ ਕਰ ਦਿੰਦਾ ਐਂਡ ਤੇ ਜਿਹੜੇ ਆਪਾਂ ਵਲੌਗ ਪਿੱਛੇ ਕਰਾਂਗੇ ਹਾਂ ਐਂਡ ਤੇ ਸ਼ੇਅਰ ਕਰਾਂਗੇ ਜਦੋਂ ਆਪਾਂ ਆਏ ਸੀ ਤੇ ਕੇਕ ਵੀ ਕੱਟਿਆ ਸੀ ਤੇ ਆ ਫੋਟੋਆਂ ਵੀ ਸਾਰੀਆਂ ਲਾਈਆਂ ਸੀ ਇਹਨੇ ਸੋਹਣੇ ਲੱਗ ਰਹੇ ਨਾ ਬਹੁਤ ਬਹੁਤ ਥੈਂਕ ਯੂ ਕੈਮਰਾਮੈਨ ਦਾ ਸਾਡਾ ਵਲੌਗ ਬਣਾਉਣ ਵਾਸਤੇ ਤੇ ਹੁਣ ਰੋਟੀ ਖਾਧੀ ਜਾਵੇ ਕਿਉਂ ਭੁੱਖ ਬਹੁਤ ਲੱਗੀ ਮੈਂ ਤੂੰ ਮੈਨੂੰ ਕੀ ਆ ਦੱਸ ਦੋ ਫਿਰ ਟਾਈਮ ਹੋ ਗਿਆ ਜੀ 12 ਵੱਜ ਗਏ ਆ 12:30 ਹੋ ਗਿਆ ਇਸ ਕੈਮਰੇ ਕੇ ਪਿੱਛੇ ਇਹ ਲੜਕਾ ਕੌਣ ਥਾ ਇਹ ਹਮ ਥੇ ਬਦਮਾਸ਼ ਰਾਜ ਵੇਖ ਕੇ ਕਹਿੰਦਾ ਸੀ ਨਾ ਅੰਦਾ ਕਦੋਂ ਦੀ ਫੋਟੋ ਆ ਤੇ 12 ਵੱਜ ਗਏ 3 ਮਿੰਟ ਹੋ ਗਏ ਆ ਤੇ ਹੁਣ ਆਪਾਂ ਰੋਟੀ ਖਾਈਏ ਰੋਟੀ ਖਾ ਕੇ ਫਿਰ ਆਪਾਂ ਇਹਨਾਂ ਸਵੇਰੇ ਉੱਠਣਾ 12:12 1:1 ਵਜੇ ਮੈਂ ਸਵੇਰੇ 10 ਵਜੇ ਸੁੱਤੀ ਉੱਠ ਜਾਨੀ ਆ ਤੁਸੀਂ ਚੱਲ ਉਦਾਂ ਇੱਕ ਗੱਲ ਹੋਰ ਆਈ ਮੈਂ ਸਵੇਰੇ ਉੱਠਣਾ 5 ਵਜੇ ਇਹਨਾਂ ਜਦੋਂ ਨਵੇਂ ਨਵੇਂ ਇੰਡੀਆ ਆਏ ਨਾ ਉਹਨੂੰ 2 ਦਿਨ ਇੰਡੀਆ ਆਏ ਇੰਡੀਆ ਤੋਂ ਇੱਥੇ ਆਏ ਵੇਖੋ ਆ ਹੁੰਦਾ ਛਿੱਟਾ ਲਾ ਕੇ ਮਤ ਵਾਈ ਨਹੀਂ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨੇ ਸਮਝ ਲੈਣਾ ਇਟਸ ਓਕੇ ਕੋਈ ਨਾ ਤੇ ਉਦੋਂ ਨਾ ਮਤਲਬ ਇਦਾਂ ਹੀ ਕਿ 7 ਵਜੇ ਆਪਾਂ ਦੋਵਾਂ ਨੇ ਮੈਂ ਲੇਟ ਉੱਠਦੀ ਹੁੰਦੀ ਤੇ ਕਹਿੰਦੇ ਹੁੰਦੇ ਨਹੀਂ 7 ਵਜੇ ਉੱਠ ਕੇ ਚਾਹ ਜੀ ਪੀ ਕੇ ਆਰਾਮ ਨਾਲ ਵਿਹਲੇ ਹੋ ਕੇ ਬਹਿ ਜਾਣਾ ਤੇ ਹੁਣ ਜਦੋਂ ਦੇ ਕੰਮ ਜਾਣ ਲੱਗੇ ਫਿਰ ਹੁਣ 12 ਵਜੇ ਵੀ ਭੁੱਖ ਵੀ ਨਹੀਂ ਲੱਗਦੀ ਹੈ ਨਾ ਬੁਆ ਖੜਕਾਉਣਾ ਪੈਂਦਾ ਉੱਠੋ ਉੱਠੋ ਭੁੱਖ ਵੀ ਨਹੀਂ ਲੱਗਦੀ ਹੁਣ ਭੁੱਖ ਵੀ ਉਹਨਾਂ ਹੁਣ ਜੀ ਸੈੱਟ ਹੋ ਗਿਆ ਸਾਰਾ ਕੰਮ ਚਲੋ ਠੀਕ ਆ ਗਾਇਸ ਓਕੇ ਬਾਏ ਓਕੇ ਬਾਏ ਤੇ ਮਿਲਦੇ ਆ